ਕੀ ਕਹੋਗੇ ਬਾਈ ਜੀ ਆਪਾਂ ਜੇ ਇਨਸਾਫ ਦੀ ਗੱਲ ਕਰ ਲਈਏ ਹੈ ਨਾ, ਛੇਵਾਂ ਮਹੀਨਾ ਚੱਲ ਪਿਆ ਹਜੇ ਤੱਕ ਪਰਿਵਾਰ ਨੂੰ ਜਿਹੜਾ ਇਨਸਾਫ ਵੀ ਨਹੀਂ ਮਿਲ ਸਕਿਆ। ਨਹੀਂ ਸਰ, ਇਹ ਤਾਂ ਹੁਣ ਸਰਕਾਰ ਦੀ ਗਲਤੀ ਹੈ ਆਪਾਂ ਦਾ, ਜੇ ਹੁਣ ਤੱਕ ਇਨਸਾਫ ਨਹੀਂ ਮਿਲ ਸਕਿਆ ਆਪਣੀ ਸਰਕਾਰ ਇਹਨੇ ਕਮੀਆਂ ਕਹਿ ਸਕਦੇ ਜੀ ਆਪਾਂ। ਦੇਖੋ ਜੀ, ਬੜੇ ਕਲਾਕਾਰ ਆਏ ਆ ਪਰ ਸਿੱਧੂ ਵਰਗਾ ਨਹੀਂ ਕੋਈ ਆਇਆ। ਸਿੱਧੂ ਇੱਕ ਇਹੋ ਜਿਹਾ ਪੰਜਾਬੀ ਹੈ ਸਾਰੀ ਦੁਨੀਆ 'ਤੇ, ਸਾਰੀ ਵਰਲਡ 'ਚ ਜਿਹਨੇ ਪੰਜਾਬ ਦਾ ਨਾਂ ਰੋਸ਼ਨ ਕਰਤਾ। ਹੁਣ ਮੂਸਾ ਦੇਖੋ ਜੀ, ਕਿਸੇ ਨੂੰ ਪਤਾ ਹੀ ਨਹੀਂ ਸੀ ਮੂਸਾ ਕਿੱਥੇ ਆ। ਹੁਣ ਮੇਰਾ ਏਰੀਆ ਲੁਧਿਆਣਾ ਅਤੇ ਅਸੀਂ ਦੇਰਾ ਬਾਈ ਦਿਖਾਤੇ ਨਾਲ ਸਾਨੂੰ ਪਤਾ ਲੱਗਿਆ ਮੂਸਾ, ਠੀਕ ਆ। ਨਹੀਂ ਹੁਣ ਹੋਰ ਕਿੰਨੇ ਕਲਾਕਾਰ ਆ ਜੀ, ਕੋਈ ਨਹੀਂ ਹੈਗਾ ਇੰਨਾ। ਵੈਸੇ ਅੱਜ ਤੱਕ ਇੰਨਾ ਲੰਮਾ ਸਮਾਂ ਪੈਣਾ ਨਹੀਂ ਚਾਹੀਦਾ, ਨਾਲੇ ਸਾਰੇ ਜਦੋਂ ਰੈਸਟ ਕਰੇ ਹੋਏ ਆ ਉਹਨਾਂ 'ਚੋਂ ਕੋਈ ਨਾ ਕੋਈ ਤਾਂ ਪਤਾ ਹੀ ਲੱਗਣਾ ਚਾਹੀਦਾ ਵੀ ਇਹ ਇਹਨਾਂ ਦੇ ਆਹ ਕੀਤਾ। ਉਹ ਕੋਈ ਕਿਸੇ ਦਾ ਨਾਂ ਲੈਂਦਾ, ਕੋਈ ਕਿਸੇ ਦਾ ਨਾਂ ਲੈਂਦਾ, ਯਾਨੀ ਕਿ ਕਲੀਅਰ ਨਹੀਂ ਹੋਇਆ, ਸਾਫ਼ ਨਹੀਂ ਮਿਲਿਆ ਪੂਰਾ। ਆਪਾਂ ਮਾਂ ਬਾਪ ਨੂੰ ਛੱਡ ਕੇ ਅਸੀਂ ਸਾਰੀ ਜਨਤਾ ਨਾਲ ਆ, ਕੋਈ ਸਾਨੂੰ ਨਹੀਂ ਇਨਸਾਫ, ਸਾਡੇ ਦਿਲ ਨੂੰ ਰਹਿਤ ਨਹੀਂ ਮਿਲ ਰਹੀ ਹੈ ਜੀ। ਇੱਦਾਂ ਦੇ ਹਾਲਾਤ ਦੇਖਦੇ ਹਾਂ ਤਾਂ ਫਿਰ ਕਹਿਣਾ ਹੀ ਪਊਗਾ ਕਿ ਤਰੱਕੀ ਗੁਨਾਹ ਹੈ ਜੀ, ਸਾਡੇ ਪੰਜਾਬ 'ਚ ਰਹਿ ਕੇ ਤਰੱਕੀ ਕਰਨਾ ਗੁਨਾਹ ਹੀ ਹੈ। ਪਤਨ ਕਹਤੇ ਜਦੋਂ ਇੱਦਾਂ ਦੇ ਹਾਲਾਤ ਦੇਖਦੇ ਹਾਂ ਜੀ, ਇਹੀ ਜਿਹੀਆਂ ਸਟੇਟਮੈਂਟਾਂ ਜਿਨ੍ਹਾਂ ਦਾ ਲੈਜੈਂਡ ਸੀ ਜੀ ਪੁੱਤ ਪੂਰੀ ਦੁਨੀਆ 'ਚ ਜਿਹਨੇ ਨਾਮ ਕੀਤਾ, ਜਦੋਂ ਉਹਨਾਂ ਨੂੰ ਇਹ ਕਹਿਣਾ ਪਵੇ ਕਿ ਅਸੀਂ ਇਹ ਦੇਸ਼ ਨੂੰ ਛੱਡ ਕੇ ਬੰਗਲਾਦੇਸ਼ ਜਾ ਕੇ ਵਸਾਂਗੇ, ਫਿਰ ਸ਼ਬਦ ਖਤਮ ਹੋ ਜਾਂਦੇ ਜੀ। ਇਕਬਾਲ ਦੀ ਗੱਲ ਹੀ ਯਾਦ ਆਉਂਦੀ ਹੈ ਕਿ ਅਬ ਤੋ ਸ਼ਰਮ ਸੀ ਆਉਣੇ ਲੱਗੀ ਇਸ ਵਤਨ ਕੋ ਵਤਨ ਕਹਿੰਦੇ ਜੀ। ਅਤੇ ਮੈਂ ਸਿੱਧੂ ਮੂਸੇਵਾਲਾ ਦੇ ਲਈ ਇੱਕ ਗੀਤ ਲਿਖਿਆ, ਜੇ ਤੁਸੀਂ ਚਾਹੋ ਤਾਂ ਮੈਂ ਜ਼ਰੂਰ ਸੁਣਾਉਣਾ ਚਾਹੂੰਗਾ। ਹੋਇਆ ਕੀ ਜੇ ਐਸ ਯਾਰਾ ਤੇਰਾ ਬੈਨ ਹੋ ਗਿਆ, ਦੁਨੀਆ ਦਾ ਹਰ ਬੱਚਾ ਨੌਜਵਾਨ ਵੇਖ ਤੇਰਾ ਫੈਨ ਹੋ ਗਿਆ, ਦੁਨੀਆ ਦਾ ਹਰ ਬੱਚਾ ਨੌਜਵਾਨ ਵੇਖ ਤੇਰਾ ਫੈਨ ਹੋ ਗਿਆ। ਪਰਮਿੰਦਰਾ ਸਿੱਧੂ ਦੇ ਗੀਤ ਅਣਖੀ ਹੁੰਦੇ ਸੀ ਸਦਾ ਆਰ ਪਾਰ ਦੇ, ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ, ਸਿੱਧੂ ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਜਗਦੀਸ਼ ਬਾਂਸਲ। ਅੱਜ ਫਿਰ ਸਿੱਧੂ ਮੂਸੇਵਾਲੇ ਦੀ ਯਾਦਗਾਰ ਦੇ ਉੱਤੇ ਇਹ ਮੌਜੂਦਾ ਤਸਵੀਰ ਜਿਹੜੀ ਤੁਹਾਨੂੰ ਦਿਖਾ ਦਿੰਦੇ ਹਾਂ। ਐਤਵਾਰ ਦਾ ਦਿਨ ਹੈ ਅਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਦੂਰ ਦੂਰ ਤੋਂ ਇੱਥੇ ਪਹੁੰਚੇ ਹੋਏ ਨੇ ਅਤੇ ਆਪਣੇ ਮਨਪਸੰਦ ਕਲਾਕਾਰ ਨੂੰ ਜਿਹੜਾ ਹੈਗਾ ਸਜਦਾ ਕੀਤਾ ਜਾ ਰਿਹਾ, ਸੈਲਫੀਆਂ ਕਰਵਾਈਆਂ ਜਾ ਰਹੀਆਂ, ਫੋਟੋਆਂ ਕਰਵਾਈਆਂ ਜਾ ਰਹੀਆਂ ਨੇ ਆ। ਅਤੇ ਇੱਥੇ ਯਾਦਗਾਰ ਦੇ ਉੱਤੇ ਪਹਿਲਾਂ ਪ੍ਰਸ਼ੰਸਕ ਜਿਹੜੇ ਪਹੁੰਚਦੇ ਨੇ, ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਹਵੇਲੀ ਦੇ ਵਿੱਚ ਪਹੁੰਚਦੇ ਨੇ ਅਤੇ ਸਿੱਧੂ ਮੂਸੇਵਾਲੇ ਦੇ ਟਰੈਕਟਰ ਗੱਡੀਆਂ ਦੇ ਨਾਲ ਸੈਲਫੀਆਂ ਫੋਟੋਆਂ ਕਰਵਾਈਆਂ ਜਾਂਦੀਆਂ ਨੇ ਅਤੇ ਮਾਤਾ ਪਿਤਾ ਦੇ ਨਾਲ ਮੁਲਾਕਾਤ ਹੈ ਜਿਹੜੀ ਕੀਤੀ ਜਾਂਦੀ ਹੈ। ਮਾਤਾ ਪਿਤਾ ਦੇ ਨਾਲ ਜਿਹੜਾ ਦੁੱਖ ਦਰਦ ਸਾਂਝਾ ਕੀਤਾ ਜਾਂਦਾ ਹੈਗਾ। ਕਾਫੀ ਜਿਹੜੇ ਹੈਗੇ ਪ੍ਰਸ਼ੰਸਕ ਇੱਥੇ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਵੀ ਕਿੱਥੋਂ ਆਏ ਨੇ, ਕੀ ਕਹਿਣਾ ਚਾਹੁੰਗੇ, ਕਿੱਥੋਂ ਆਏ ਬਾਈ ਜੀ? ਪਦਮੱਲੇ ਤੋਂ ਆਏ, ਜ਼ਿਲ੍ਹਾ ਲੁਧਿਆਣਾ। ਅਤੇ ਕੀ ਕਹੋਗੇ ਬਾਈ ਜੀ ਆਪਾਂ ਜੇ ਇਨਸਾਫ ਦੀ ਗੱਲ ਕਰ ਲਈਏ ਹੈ ਨਾ, ਛੇਵਾਂ ਮਹੀਨਾ ਚੱਲ ਪਿਆ ਹਜੇ ਤੱਕ ਪਰਿਵਾਰ ਨੂੰ ਜਿਹੜਾ ਇਨਸਾਫ ਵੀ ਨਹੀਂ ਮਿਲ ਸਕਿਆ। ਨਹੀਂ ਸਰ, ਇਹ ਤਾਂ ਹੁਣ ਸਰਕਾਰ ਦੀ ਗਲਤੀ ਹੈ ਆਪਾਂ ਦੇ, ਜੇ ਹੁਣ ਤੱਕ ਇਨਸਾਫ ਨਹੀਂ ਮਿਲ ਸਕਿਆ ਆਪਣੀ ਸਰਕਾਰ ਇਹਨੇ ਕਮੀਆਂ ਕਹਿ ਸਕਦੇ ਜੀ ਆਪਾਂ, ਜੋ 5 ਮਹੀਨੇ ਹੋ ਗਏ ਹਜੇ ਤੱਕ ਇਨਸਾਫ ਨਹੀਂ ਮਿਲਿਆ। ਬਸ ਬਾਈ ਵਾਸਤੇ ਦੋ ਬੋਲ ਲਿਖੇ ਸੀਗੇ। ਆਓ ਭੱਜਦੀ ਆ ਦੁਨੀਆ ਏ ਭੱਜ ਲੈਣ ਦੇ, ਫਿਰ ਦੱਸਾਂਗੇ ਉਹ ਜੱਟਾਂ ਵਾਲੀ ਹਿੰਡ ਕਿੱਥੇ ਆ, ਆਓ ਸਰੀ ਤੋਂ ਪੰਜਾਬ ਤੱਕ ਆ ਕੇ ਪੁੱਛਣਾ, ਵਿੱਚ ਮਾਨ ਸਾਹ ਦੇ ਮੂਸਾ ਪਿੰਡ ਕਿੱਥੇ ਆ, ਆਓ ਸਿੱਧੂਆਂ ਦੇ ਮੁੰਡੇ ਨੇ ਕਮਾ ਦੇਣੀ ਗੇਮ, ਆਓ ਸਿੱਧੂਆਂ ਦੇ ਮੁੰਡੇ ਨੇ ਕਮਾ ਦੇਣੀ ਗੇਮ, ਬੈਰੀ ਠੋਕਣੇ ਲਿਜਾ ਕੇ ਪਿੰਡ ਵਾਲੀ ਮੋਰੀ ਤੇ, ਓਏ ਉਨਾ ਚਿਰ ਜੱਟ ਦੱਸ ਕਿੱਥੇ ਦਬਣਾ, ਆਹ ਮਸਲਾਂ ਨਾ ਮੁੱਕੇ ਆ ਕੇ ਜਦੋਂ ਗੋਲੀ ਤੇ, ਓਏ ਉਨਾ ਚਿਰ ਜੱਟ ਦੱਸ ਕਿੱਥੇ ਦਬਣਾ, ਆਹ ਮਸਲਾਂ ਨਾ ਮੁੱਕੇ ਆ ਕੇ ਜਦੋਂ ਗੋਲੀ ਤੇ। ਬਈ ਜੇ ਫਿਰ ਆਪਾਂ ਗੱਲ ਕਰ ਲਈ ਵੀ ਆਪਣੇ ਸਿਰ ਦੀ ਜਿਹੜੀ ਦਸਤਾਰ ਹੈ ਨਾ, ਸਾਰਾ ਕੁਛ ਆਪਣੇ ਪੰਜਾਬੀਆਂ ਲਈ ਪੱਗ ਹੀ ਸਾਰਾ ਕੁਛ ਹੈ, ਅਤੇ ਸਿੱਧੂ ਮੂਸੇਵਾਲਾ ਇੱਕੋ ਹੀ ਸਿੰਗਰ ਸੀਗਾ ਜਿਹਨੇ ਪੱਗ ਦਾ ਪੂਰੇ ਆਲ ਵਾਰਡ ਦੇ ਵਿੱਚ ਇੱਕ ਬ੍ਰਾਂਡ ਬਣਾਤਾ ਸੀ। ਦੇਖੋ ਜੀ, ਬੜੇ ਕਲਾਕਾਰ ਆਏ ਆ ਪਰ ਸਿੱਧੂ ਵਰਗਾ ਨਹੀਂ ਕੋਈ ਆਇਆ। ਸਿੱਧੂ ਇੱਕ ਇਹੋ ਜਿਹਾ ਪੰਜਾਬੀ ਹੈ ਸਾਰੀ ਦੁਨੀਆ 'ਤੇ, ਸਾਰੀ ਵਰਲਡ 'ਚ ਜਿਹਨੇ ਪੰਜਾਬ ਦਾ ਨਾਂ ਰੋਸ਼ਨ ਕਰਤਾ। ਹੁਣ ਮੂਸਾ ਦੇਖੋ ਜੀ, ਕਿਸੇ ਨੂੰ ਪਤਾ ਹੀ ਨਹੀਂ ਸੀ ਮੂਸਾ ਕਿੱਥੇ ਆ। ਹੁਣ ਮੇਰਾ ਏਰੀਆ ਲੁਧਿਆਣਾ ਅਤੇ ਅਸੀਂ ਦੇਰਾ ਬਾਈ ਦਿਖਾਤੇ ਨਾਲ ਸਾਨੂੰ ਪਤਾ ਲੱਗਿਆ ਮੂਸਾ, ਠੀਕ ਆ। ਨਹੀਂ ਹੁਣ ਹੋਰ ਕਿੰਨੇ ਕਲਾਕਾਰ ਆ ਜੀ, ਕੋਈ ਨਹੀਂ ਹੈਗਾ ਇੰਨਾ, ਨਾ ਕੋਈ ਇੱਥੇ ਰਹਿੰਦਾ ਵਾ, ਉਹਦੇ ਪਿੰਡ ਵੀ ਨਹੀਂ ਕੋਈ ਰਹਿੰਦਾ, ਬਸ ਸਿੱਧੂ ਵੀਰ ਇਕੱਲਾ ਹੀ ਇਹੋ ਜਿਹਾ ਸੀਗਾ ਜਿਹੜੇ ਆਪਦੇ ਪਿੰਡ ਰਹਿੰਦਾ ਜੀ। ਅਤੇ ਇੱਧਰ ਹਵੇਲੀ ਜਾ ਏ ਮਾਤਾ ਪਿਤਾ ਨੂੰ ਮਿਲੇ? ਹਾਂ ਮਾਤਾ ਸੀ ਇਕੱਲੀ ਜੀ, ਮਾਤਾ ਨੂੰ ਮਿਲ ਕੇ ਆਇਆ ਜੀ। ਬਿਲਕੁਲ, ਹੋਰ ਵੀ ਜਿਹੜੇ ਕਾਫੀ ਬਾਈ ਇੱਥੇ ਹੈਗੇ ਨੇ ਪ੍ਰਸ਼ੰਸਕ ਮੌਜੂਦ ਆ, ਕੀ ਕਹਿਣਾ ਚਾਹੋਗੇ ਬਾਈ ਜੀ? ਸਿੱਧੂ ਜੀ ਬਾਰੇ ਤਾਂ ਬਹੁਤ ਕੁਛ ਕਹਿਣ ਨੂੰ ਸ਼ਬਦ ਹੀ ਨਹੀਂ ਸਾਡੇ ਕੋਲ ਜੀ, ਇੱਦਾਂ ਦੇ ਵੀ ਅਸੀਂ ਉਹਦੀ ਯਾਦ ਵਾਸਤੇ ਕੁਛ ਵੀ ਬੋਲਦੇ, ਸਾਡੇ ਕੋਲ ਕੋਈ ਲਫ਼ਜ਼ ਨਹੀਂ ਇੱਦਾਂ ਦਾ।
ਵੀ ਸਿੱਧੂ ਸਾਹਿਬ ਨੂੰ ਵੀ ਕਿਵੇਂ ਅਸੀਂ ਉਹਨੂੰ ਯਾਦ ਰੱਖੀਏ। ਇਸਨਾਮ ਮੰਡੀ ਤੋਂ ਆਇਆ ਸਪੈਸ਼ਲੀ ਇੱਥੇ ਪਹੁੰਚੇ ਹੋ ਜਾਂ ਕਿਤੇ? ਹਾਂ ਸਪੈਸ਼ਲੀ ਆਇਆ ਜੀ, ਬੱਚਿਆਂ ਨੂੰ ਲੈ ਕੇ ਆਇਆ, ਨਾਲ ਬੱਚੇ ਆ ਸਾਡੇ ਨਾਲ, ਬੱਚਿਆਂ ਨੂੰ ਲੈ ਕੇ ਆਇਆ। ਅਤੇ ਲੱਗਦਾ ਨਹੀਂ ਬਾਈ ਜੀ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਹੈ ਗਲਤ ਰਸਤੇ ਤੋਂ ਰੁਕੀ ਹੈ ਨਾ, ਗੈਂਗਸਟਰਵਾਦ ਜਿਹੜਾ ਵੱਧ ਰਿਹਾ? ਹਾਂਜੀ ਹਾਂਜੀ ਹਾਂਜੀ, ਨਸ਼ਾਵਾਦ ਵੱਧ ਗਿਆ ਜਵਾਨ, ਜਿਹੜੇ ਨੌਜਵਾਨ ਪੀੜ੍ਹੀ ਹੈ ਇਹ ਸੋਚ ਕੇ ਰੱਖਦੀ ਨਹੀਂ ਇਹ ਚੀਜ਼ ਬਾਰੇ ਵੀ ਅਸੀਂ ਕਿੱਧਰ ਨੂੰ ਤੁਰ ਪਏ ਹਾਂ, ਵੀ ਕੋਈ ਸੱਭਿਆਚਾਰ ਵਾਸਤੇ ਜਾਂ ਕੋਈ ਹੋਰ ਇੰਡਸਟਰੀ ਵਾਸਤੇ ਪੜ੍ਹ ਲਿਖ ਕੇ ਬਾਹਰ ਨੂੰ ਤੁਰੀ ਜਾਂਦੇ ਆ ਜੀ ਸਾਰੇ, ਯਾਨੀ ਕਿ ਪੰਜਾਬ ਖਾਲੀ ਹੋਈ ਜਾਂਦਾ ਨੌਜਵਾਨ ਵਰਗ ਵੱਲੋਂ। ਅਤੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਇਹ ਰਸਤਾ ਨਾ ਅਪਣਾਈਏ। ਅਤੇ ਇਨਸਾਫ ਦੀ ਗੱਲ ਕਰੀਏ ਬਾਈ, ਇਨਸਾਫ ਜਿਹੜਾ ਹੈਗਾ ਪੂਰਨ ਤੌਰ 'ਤੇ ਪਰਿਵਾਰ ਨੂੰ ਮਿਲਿਆ ਨਹੀਂ, ਕੀ ਮੰਗ ਕਰੋ? ਨਹੀਂ, ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ, ਕਮੀਆਂ ਹੀ ਕਹਿ ਸਕਦੇ ਹਾਂ, ਹੋਰ ਤਾਂ ਕੀ ਹੈ, ਸੈਂਟਰ ਸਰਕਾਰ ਵੀ ਲਾ ਲਓ ਜਾਂ ਉਰੇ ਪੰਜਾਬ ਦੀ ਲਾ ਲਓ ਜਾਂ ਕਿਵੇਂ ਵੀ ਲਾ, ਸਟੇਟ ਦੀ ਹੈ ਕੋਈ ਵੀ ਹੈ, ਵੈਸੇ ਅੱਜ ਤੱਕ ਇੰਨਾ ਲੰਮਾ ਸਮਾਂ ਪੈਣਾ ਨਹੀਂ ਚਾਹੀਦਾ। ਨਾਲੇ ਸਾਰੇ ਜਦੋਂ ਰੈਸਟ ਕਰੇ ਹੋਏ ਆ ਉਹਨਾਂ 'ਚੋਂ ਕੋਈ ਨਾ ਕੋਈ ਤਾਂ ਪਤਾ ਹੀ ਲੱਗਣਾ ਚਾਹੀਦਾ ਵੀ ਇਹ ਇਹਨਾਂ ਨੇ ਆਹ ਕੀਤਾ, ਉਹ ਕੋਈ ਕਿਸੇ ਦਾ ਨਾਂ ਲੈਂਦਾ, ਕੋਈ ਕਿਸੇ ਦਾ ਨਾਂ ਲੈਂਦਾ, ਯਾਨੀ ਕਿ ਕਲੀਅਰ ਨਹੀਂ ਹੋਇਆ, ਸਾਫ਼ ਨਹੀਂ ਮਿਲਿਆ ਪੂਰਾ ਸਕੋਰ। ਆਪਾਂ ਮਾਂ ਬਾਪ ਨੂੰ ਛੱਡ ਕੇ ਅਸੀਂ ਸਾਰੀ ਜਨਤਾ ਨਾਲ, ਕੋਈ ਸਾਨੂੰ ਨਹੀਂ ਇਨਸਾਫ਼, ਸਾਡੇ ਦਿਲ ਨੂੰ ਰਹਿਤ ਨਹੀਂ ਮਿਲ ਰਹੀ ਇਸ ਚੀਜ਼ ਬਾਰੇ ਵੀ ਅਸੀਂ ਮਾੜਾ ਮੋਟਾ ਉਹ ਵੀਰ ਜੀ ਵਾਸਤੇ ਕੁਛ ਨਾ ਕੁਛ ਕਹਿ ਸਕੀਏ। ਜੇ ਪਰਿਵਾਰ ਨੂੰ ਕੋਈ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪੈ ਗਿਆ ਤਾਂ ਫਿਰ ਆਉਂਗੇ ਜੋ ਪਰਿਵਾਰ ਸਦਸਿਆ? ਬਿਲਕੁਲ ਨਾਲ ਆ ਜੀ, ਪੂਰਾ ਆਲ ਵਾਰਡ ਨਾਲ ਹੋਊਗਾ, ਮੈਂ ਤਾਂ ਇਹੀ ਕਹਿ ਸਕਦਾ, ਵੈਸੇ ਪੰਜਾਬ ਤਾਂ ਹੈ ਹੀ ਜੰਪਲ ਉਹਦੇ ਦਾ, ਅਸੀਂ ਤਾਂ ਸਾਰਾ ਪੰਜਾਬ ਉਹਦੇ ਨਾਲ ਚੱਲਾਂਗੇ, ਜਿੰਨਾ ਵੀ ਨੌਜਵਾਨ ਵਰਗ ਹੈ ਸਾਡਾ ਕੋਈ ਵੀ ਹੈ, ਮਾਤਾ ਪਿਤਾ ਜੀ ਨਾਲ ਅਸੀਂ ਹਰ ਹਾਲਤ ਉਹਨਾਂ ਨੂੰ ਇਨਸਾਫ਼ ਦਵਾ ਕੇ ਰਵਾਂਗੇ। ਬਾਈ ਇੱਕ ਪਿੰਡ ਦੇ ਵਿੱਚ ਉੱਠ ਕੇ ਹੈ ਨਾ ਇੰਨੀ ਤਰੱਕੀ ਕੀਤੀ, ਕੀ ਤਰੱਕੀ ਕਰਨੀ ਫਿਰ ਤਾਂ ਗੁਨਾਹ ਹੀ ਹੋ ਗਿਆ ਹੈ ਨਾ ਜੀ? ਇੱਦਾਂ ਦੇ ਹਾਲਾਤ ਦੇਖਦੇ ਹਾਂ ਤਾਂ ਫਿਰ ਕਹਿਣਾ ਹੀ ਪਊਗਾ ਕਿ ਤਰੱਕੀ ਗੁਨਾਹ ਹੈ ਜੀ, ਸਾਡੇ ਪੰਜਾਬ 'ਚ ਰਹਿ ਕੇ ਤਰੱਕੀ ਕਰਨਾ ਗੁਨਾਹ ਹੀ ਹੈ। ਵੈਸੇ ਉਹ ਜਦੋਂ ਪਿਛਲੇ ਹਫ਼ਤੇ ਸਿੱਧੂ ਦੇ ਫਾਦਰ ਸਾਹਿਬ ਇੱਕ ਗੱਲ ਕਹਿ ਰਹੇ ਸੀਗੇ ਕਿ ਜੇ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਇਹ ਦੇਸ਼ ਛੱਡ ਕੇ ਤੁਰ ਜਾਵਾਂਗੇ ਜੀ, ਅਸੀਂ ਪਰਚਾ ਵੀ ਵਾਪਿਸ ਲੈ ਲਾਂਗੇ, ਦੇਸ਼ ਵੀ ਛੱਡ ਕੇ ਤੁਰ ਜਾਵਾਂਗੇ ਜੀ। ਤਾਂ ਮੈਨੂੰ ਨਾ ਜੀ ਅੱਜ ਇੱਕ ਗੱਲ ਯਾਦ ਆਈ ਜਾਂਦੀ ਹੈਗੀ, ਅਤੇ ਪਤਾ ਨਹੀਂ ਗੱਲ ਕਰਨੀ ਸਹੀ ਹੈ ਜਾਂ ਗਲਤ ਹੈ। ਇੱਕ ਨਾ ਡਾਕਟਰ ਆਜ਼ਾਦੀ ਦੇ ਬੜੇ ਵੱਡੇ ਘੁਲਾਟੀਏ ਹੋਏ ਸੀ ਜੀ, ਡਾਕਟਰ ਮੁਹੰਮਦ ਇਕਬਾਲ, ਉਹਨਾਂ ਦਾ ਇੱਕ ਕੌਮੀ ਤਰਾਨਾ ਸੀਗਾ, ਉਹਨਾਂ ਨੇ ਲਿਖਿਆ ਸੀਗਾ ਕਿ ਸਾਰੇ ਯਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ, ਹਮ ਬੁਲਬੁਲੇ ਹੈ ਇਸਕੀ ਇਹ ਗੁਲਸਿਤਾਂ ਹਮਾਰਾ। ਬੜਾ ਮਕਬੂਲ ਹੋਇਆ ਸੀ, ਹਰ ਦੇਸ਼ ਭਗਤ ਦੀ ਜ਼ੁਬਾਨ ਬਣੇ ਜੀ। ਕੁਰਬਾਨੀ ਬੜੀ ਵੱਡੀ ਸੀ ਜੀ ਡਾਕਟਰ ਮੁਹੰਮਦ ਇਕਬਾਲ ਦੀ, ਸਾਰੀ ਜ਼ਿੰਦਗੀ ਲਗਭਗ ਜੇਲ੍ਹ 'ਚ ਲੰਘੀ, ਕਾਫੀ ਪਰਿਵਾਰ ਉਹਨਾਂ ਦਾ ਸ਼ਹੀਦ ਵੀ ਹੋ ਗਿਆ ਜੀ। ਪਰ ਜਦੋਂ ਇਹ ਦੇਸ਼ ਆਜ਼ਾਦ ਹੋਇਆ ਨਾ ਜੀ, ਉਹਨਾਂ ਦੇ ਪਰਿਵਾਰ ਨੂੰ ਇੰਨੇ ਕੁ ਤਸੀਹੇ ਸਹੇ, ਇੰਨੇ ਕੁ ਉਹਨਾਂ 'ਤੇ ਐਲੀਗੇਸ਼ਨ ਲੱਗੇ, ਇੰਨੇ ਕੁ ਬੁਰੀ ਤਰੀਕੇ ਨਾਲ ਉਹਨਾਂ ਨੂੰ ਇਹ ਕਹਿ ਲਓ ਤੰਗ ਕੀਤਾ ਗਿਆ ਜੀ, ਉਹ ਇਹ ਦੇਸ਼ ਨੂੰ ਛੱਡ ਕੇ ਅਰਬ ਕੰਟਰੀ ਚਲ ਗਏ ਜੀ। ਏਅਰਪੋਰਟ 'ਤੇ ਉਹਨਾਂ ਨੂੰ ਪੱਤਰਕਾਰ ਮਿਲ ਗਏ, ਪੱਤਰਕਾਰ ਉਹਨਾਂ ਨੂੰ ਕਹਿੰਦੇ ਇਕਬਾਲ ਸਾਹਿਬ ਤੁਸੀਂ ਤਾਂ ਹਰ ਗੱਲ 'ਤੇ ਕਹਿੰਦੇ ਹੁੰਦੇ ਸੀ ਕਿ ਸਾਰੇ ਯਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਅਤੇ ਅੱਜ ਉਸੇ ਹਿੰਦੁਸਤਾਨ ਨੂੰ ਛੱਡ ਕੇ ਚੱਲੇ ਹੋ। ਇਕਬਾਲ ਸਾਹਿਬ ਚੁੱਪ ਕਰ ਗਏ, ਕਹਿੰਦੇ ਜੀ ਕੁਛ ਤਾਂ ਕਹੋ। ਇਕਬਾਲ ਸਾਹਿਬ ਚੁੱਪ ਕਰ ਗਏ, ਕਹਿੰਦੇ ਜੀ ਬੋਲੋ, ਜਿਸ ਦੇਸ਼ ਦੀ ਆਜ਼ਾਦੀ ਲਈ ਤੁਸੀਂ ਸਾਰਾ ਪਰਿਵਾਰ ਸ਼ਹੀਦ ਕਰਾ ਲਿਆ, ਸਾਰੀ ਜ਼ਿੰਦਗੀ ਤੁਹਾਡੀ ਜੇਲ੍ਹਾਂ 'ਚ ਨਿਕਲ ਗਈ, ਅੰਡੇਮਾਨ ਨਿਕੋਬਾਰ ਦੀ ਜੇਲ੍ਹ ਕੱਢਤੀ, ਲਖਪਤ ਰਾਏ ਜੇਲ੍ਹ 'ਚ ਰਹੋਗੇ, ਅੱਜ ਉਸੇ ਦੇਸ਼ ਨੂੰ ਛੱਡ ਕੇ ਚੱਲੇ ਹੋ, ਤਾਂ ਕਵੀ ਸੀ ਜੀ, ਉਹਦੀਆਂ ਅਸ਼ਕਵਾਰ ਹੋ ਗਈਆਂ, ਅੱਖਾਂ ਭੱਜ ਗਈ ਭਿੱਜ ਗਈਆਂ ਜੀ। ਏਅਰਪੋਰਟ 'ਤੇ ਪਤਾ ਕੀ ਕਹਿ ਰਿਹਾ ਜੀ ਇਕਬਾਲ, ਕਿ ਮੁੱਦਤੇ ਗੁਜ਼ਰ ਗਈ ਇਸ ਦਿਲ 'ਤੇ ਜ਼ਖਮ ਸਹਿਤੇ ਸਹਿਤੇ, ਮੁੱਦਤੇ ਗੁਜ਼ਰ ਗਈ ਇਸ ਦਿਲ 'ਤੇ ਜ਼ਖਮ ਸਹਿਤੇ ਸਹਿਤੇ, ਅਬ ਤੋ ਸ਼ਰਮ ਸੀ ਆਨੇ ਲੱਗੀ ਇਸ ਵਤਨ ਕੋ ਵਤਨ ਕਹਿਤੇ, ਅਬ ਤੋ ਸ਼ਰਮ ਸੀ ਆਨੇ ਲੱਗੀ ਇਸ ਵਤਨ ਕੋ ਵਤਨ ਕਹਿਤੇ। ਜਦੋਂ ਇੱਦਾਂ ਦੇ ਹਾਲਾਤ ਦੇਖਦੇ ਹਾਂ ਜੀ, ਇਹੋ ਜਿਹੀਆਂ ਸਟੇਟਮੈਂਟਾਂ ਜਿਨ੍ਹਾਂ ਦਾ ਲੈਜੈਂਡ ਸੀ ਜੀ ਪੁੱਤ, ਪੂਰੀ ਦੁਨੀਆ 'ਚ ਜਿਹਨੇ ਨਾਮ ਕੀਤਾ, ਜਦੋਂ ਉਹਨਾਂ ਨੂੰ ਇਹ ਕਹਿਣਾ ਪਵੇ ਕਿ ਅਸੀਂ ਇਹ ਦੇਸ਼ ਨੂੰ ਛੱਡ ਕੇ ਬੰਗਲਾਦੇਸ਼ ਜਾ ਕੇ ਵਸਾਂਗੇ, ਫਿਰ ਸ਼ਬਦ ਖਤਮ ਹੋ ਜਾਂਦੇ ਜੀ। ਇਕਬਾਲ ਦੀ ਗੱਲ ਹੀ ਯਾਦ ਆਉਂਦੀ ਹੈ ਕਿ ਅਬ ਤੋ ਸ਼ਰਮ ਸੀ ਆਨੇ ਲੱਗੀ ਇਸ ਵਤਨ ਕੋ ਵਤਨ ਕਹਿਤੇ ਜੀ। ਥੈਂਕ ਯੂ ਜੀ। ਬਿਲਕੁਲ ਜੀ, ਮਾਤਾ ਪਿਤਾ ਵੱਲੋਂ ਜਿਹੜੀ ਗੱਲ ਕਹੀ ਗਈ ਕਿ ਮੈਂ ਜਿਹੜੀ FIR ਦਰਜ ਕਰਵਾਈ ਹੈ ਇਸ ਮਾਮਲੇ ਦੇ ਵਿੱਚ, ਉਹ ਵੀ ਵਾਪਸ ਲੈ ਲਾਂਗੇ, ਅਤੇ ਜਿਹੜਾ ਦੇਸ਼ ਛੱਡ ਕੇ ਪੰਜਾਬ ਛੱਡ ਕੇ ਚਲੇ ਜਾਵਾਂਗੇ, ਉਹ ਵੀ ਕਿਤੇ ਕਹਿਣੀ ਕੋਈ ਸੌਖੀ ਗੱਲ ਨਹੀਂ ਹੈਗੀ। ਜਿਵੇਂ ਇਸ ਬਾਈ ਨੌਜਵਾਨ ਨੇ ਗੱਲ ਕੀਤੀ ਹੈ, ਬਹੁਤ ਔਖੀ ਕਿਸ ਤਰੀਕੇ ਉਹਨਾਂ ਨੇ ਕਹੀ ਹੈ ਅਤੇ ਕਿਹੜੇ ਮਨ ਦੇ ਨਾਲ ਉਹਨਾਂ ਵੱਲੋਂ ਕਿਹਾ ਗਿਆ ਸੀ, ਪਰ ਇੱਕੋ ਹੀ ਜਿਹੜਾ ਹੈਗਾ ਫਿਰ ਦੁਬਾਰੇ ਸਰਕਾਰ ਵੱਲੋਂ ਉਹਨਾਂ ਨੂੰ ਭਰੋਸਾ ਦਵਾਇਆ ਗਿਆ, ਇੱਕ ਮਹੀਨੇ ਦਾ ਜਿਹੜਾ ਟਾਈਮ ਮੰਗਿਆ ਗਿਆ, ਅਤੇ ਇਸ ਕਰਕੇ ਜਿਹੜਾ ਹੈਗਾ ਪਰਿਵਾਰ ਨੇ ਵੀ ਕਿਤੇ ਨਾ ਕਿਤੇ ਕਿਹਾ ਸੀ ਵੀ ਹੋਰ ਸਾਡੇ ਕੋਲ ਭਰੋਸਿਆਂ ਤੋਂ ਇਲਾਵਾ ਅਸੀਂ ਕੀ ਕਰ ਸਕਦੇ ਹਾਂ। ਸਰਕਾਰ ਦੇ ਭਰੋਸੇ 'ਤੇ ਫਿਰ ਵਿਸ਼ਵਾਸ ਕੀਤਾ, ਇੱਕ ਮਹੀਨੇ ਦਾ ਜਿਹੜਾ ਸਰਕਾਰ ਵੱਲੋਂ ਸਮਾਂ ਮੰਗਿਆ ਗਿਆ, ਹੁਣ ਦੇਖਦੇ ਹਾਂ ਵੀ ਇੱਕ ਮਹੀਨੇ ਦੇ ਵਿੱਚ ਸਰਕਾਰ ਕੀ ਕਰਦੀ ਹੈ ਜਾਂ ਕੀ ਨਹੀਂ ਕਰਦੀ। ਹੋਰ ਵੀ ਪ੍ਰਸ਼ੰਸਕ ਕਿੱਥੇ ਹੈਗੇ ਨੇ, ਕੀ ਕਹੋਗੇ ਬਾਈ ਜੀ? ਹਾਂਜੀ, ਇਹੀ ਕਹਿਣਾ ਚਾਹਾਂਗੇ, ਸਿੱਧੂ ਮੂਸੇਵਾਲਾ ਜੋ ਲੈਜੈਂਡ ਆ ਸਾਡੇ ਪੰਜਾਬ ਦਾ ਨਾਮ, ਮੂਸੇਵਾਲੇ ਪਿੰਡ ਦਾ ਨਾਮ ਉਹਨਾਂ ਨੇ ਔਲ ਦੁਨੀਆ ਦੇ ਵਿੱਚ ਰੁਸ਼ਨਾਇਆ ਹੈ, ਉਹਨਾਂ ਦੀ ਜਿਹੜੀ ਡੈਥ ਦਾ ਇਨਸਾਫ ਹੈ ਜਲਦ ਤੋਂ ਜਲਦ ਮਿਲਣਾ ਚਾਹੀਦਾ, ਤਾਂ ਜੋ ਉਹਨਾਂ ਦੇ ਮਾਤਾ ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ, ਅਤੇ
ਸਾਨੂੰ ਵੀ ਮਾਣ ਹੋਵੇ ਪੰਜਾਬ ਸਰਕਾਰ ਤੇ। ਤੇ ਮੈਂ ਸਿੱਧੂ ਮੂਸੇਵਾਲਾ ਦੇ ਲਈ ਇੱਕ ਗੀਤ ਲਿਖਿਆ, ਜੇ ਤੁਸੀਂ ਚਾਹੋ ਤਾਂ ਮੈਂ ਜ਼ਰੂਰ ਸੁਣਾਉਣਾ ਚਾਹੂੰਗਾ। ਜੁੰਡੀ ਦੇ ਯਾਰਾਂ ਵਿੱਚ ਹੁੰਦੇ ਚਰਚੇ, ਉਹ ਯਾਰਾਂ ਦੇ ਯਾਰ ਦੇ, ਸਿੱਧੂ ਮੂਸੇਵਾਲਾ ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ, ਮੂਸੇਵਾਲਾ ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ। ਕਨੇਡਾ ਅਮਰੀਕਾ ਵਿੱਚੋਂ ਫੈਣ ਉਹਦੇ ਮੂਸੇ ਪਿੰਡ ਆਉਣ ਲੱਗ ਪਏ, ਵਿਰੋਧੀ ਸੀ ਜਿਹੜੇ ਪਹਿਲਾਂ ਉਸ ਦੇ ਸਾਰੇ ਉਹਨੂੰ ਚਾਉਣ ਲੱਗ ਪਏ, ਵਿਰੋਧੀ ਸੀ ਜਿਹੜੇ ਪਹਿਲਾਂ ਸਾਰੇ ਉਹਨੂੰ ਹੁਣ ਚਾਉਣ ਲੱਗ ਪਏ। ਇੰਸਟਾ ਦੇ ਉੱਤੇ ਸਾਰੇ ਪਾਉਂਦੇ ਆ ਸਟੋਰੀਆਂ ਉਹ ਨਾਲ ਸਾਰੇ ਪਿਆਰ ਦੇ, ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ, ਸਿੱਧੂ ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ। ਮਾਪਿਆਂ ਨੇ ਲਾੜ ਨਾਲ ਰੱਖਿਆ ਸੀ ਨਾਮ ਉਹਦਾ ਸ਼ੁਭਦੀਪ ਜੀ, ਸਾਡੇ ਦਿਲਾਂ ਵਿੱਚ ਸਦਾ ਰਹੂ ਜਗਦਾ ਉਹਦੀ ਯਾਦ ਵਾਲਾ ਦੀਪ ਜੀ, ਸਾਡੇ ਦਿਲਾਂ ਵਿੱਚ ਸਦਾ ਰਹੂ ਜਗਦਾ ਉਹਦੀ ਯਾਦ ਵਾਲਾ ਦੀਪ ਜੀ, ਉਹਦੇ ਮੂਹਰੇ ਸਿਰ ਆਪੇ ਝੁੱਕ ਜਾਂਦਾ ਇਹ ਨਾਲ ਸਤਿਕਾਰ ਦੇ, ਸਿੱਧੂ ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ, ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ। ਹੋਇਆ ਕੀ ਜੇ ਐਸਵਾਈ ਐਲ ਯਾਰਾ ਤੇਰਾ ਬੈਨ ਹੋ ਗਿਆ, ਦੁਨੀਆਂ ਦਾ ਹਰ ਬੱਚਾ ਨੌਜਵਾਨ ਵੇਖ ਤੇਰਾ ਫੈਨ ਹੋ ਗਿਆ, ਪਰਮਿੰਦਰਾ ਸਿੱਧੂ ਦੇ ਗੀਤ ਅਣਖੀ ਹੁੰਦੇ ਸੀ ਸਦਾ ਆਰ ਪਾਰ ਦੇ, ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ, ਸਿੱਧੂ ਮੂਸੇਵਾਲਾ ਹੋਈ ਪਈ ਆ ਉਹ ਵਿੱਚ ਸੰਸਾਰ ਦੇ। ਥੈਂਕ ਯੂ। ਬਿਲਕੁਲ ਜੀ, ਜਿਵੇਂ ਬਾਈ ਜੀ ਨੇ ਗੱਲ ਕੀਤੀ ਹੈ ਵੀ ਮੂਸੇਵਾਲਾ ਹੋਈ ਪਈ ਹੈ ਵਿੱਚ ਸੰਸਾਰ ਦੇ, ਅਤੇ ਉਹਨਾਂ ਦੇ ਜਿਹੜੇ ਗੀਤ ਸੀ ਸਿੱਧੂ ਮੂਸੇਵਾਲੇ ਦੇ ਅਤੇ ਆਪਣੇ ਗੀਤਾਂ ਦੇ ਵਿੱਚ, ਉਹ ਵਾਰ ਵਾਰ ਕਹਿੰਦਾ ਵੀ ਸੀਗਾ ਵੀ ਅਣਖੀ ਨੇ ਗੀਤ ਜੱਟ ਦੇ ਸਿਰਾਂ ਤੋਂ ਨਹੀਂ ਲਾਉਂਦੇ ਚੁੰਨੀਆਂ, ਉਹਨੇ ਸਾਡੀ ਅਣਖ ਦੀ ਗੱਲ ਕੀਤੀ ਹੈ, ਠੀਕ ਹੈ, ਸਿਰਾਂ ਤੋਂ ਚੁੰਨੀਆਂ ਨਹੀਂ ਲਾਈਆਂ ਹੈਗੀਆਂ, ਪੰਜਾਬ ਦੀ ਗੱਲ ਕੀਤੀ ਹੈ, ਸਾਡੀ ਦਸਤਾਰ ਦੀ ਗੱਲ ਕੀਤੀ ਹੈ, ਅਤੇ ਪੂਰੇ ਮੁਲਕ ਦੇ ਵਿੱਚ ਪੂਰੇ ਆਲ ਵਾਰਡ ਦੇ ਵਿੱਚ ਜਿਹੜੀ ਸਿਰ ਦੀ ਦਸਤਾਰ ਹੈ, ਸਿੱਧੂ ਮੂਸੇਵਾਲਾ ਇੱਕ ਇਹੋ ਜਿਹਾ ਕਲਾਕਾਰ ਸੀ ਜਿਹਨੇ ਦਸਤਾਰ ਨੂੰ ਬ੍ਰਾਂਡ ਬਣਾਤਾ ਸੀਗਾ, ਅਤੇ ਸਿੱਧੂ ਮੂਸੇਵਾਲੇ ਦੇ ਕਾਫੀ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ, ਅਤੇ ਆਪਣੇ ਮਨਪਸੰਦ ਕਲਾਕਾਰ ਨੂੰ ਜਿਹੜਾ ਸਜਦਾ ਸਲਾਮ ਕੀਤਾ ਜਾ ਰਿਹਾ, ਤਸਵੀਰਾਂ ਜਿਹੜੀਆਂ ਖਿਚਾਈਆਂ ਜਾ ਰਹੀਆਂ ਨੇ। ਜਗਦੀਸ਼ ਬਾਂਸਲ, ਡੇਲੀ ਪੋਸਟ ਪੰਜਾਬੀ, ਪਿੰਡ ਮੂਸਾ, ਮਾਨਸਾ।